ਕੁੰਵਰ ਵਿਯੋਗੀ ਸਾਹਿਬ ਭਾਰਤੀ ਵਾਯੂ ਸੈਨਾ ਦੇ ਇੱਕ ਜਾਂਬਾਜ਼ ਅਫਸਰ ਅਧਿਕਾਰੀ ਔਰ ਯਸ਼ ਜਿਹਨੇ ਆਪਣੇ ਜੀਵਨ 'ਚ ਖੱਟਿਆ ਜਿਹਦੀ ਕੀਰਤੀ ਅਕਸ਼ੁਣ ਹੈ ਔਰ ਬਣੀ ਦੀ ਰੋਣੀ ਹੈ ਉਹਦੀ ਵੀਰਤਾ ਦੇ ਕਾਰਨਾਮੇ ਕਾਰਨ ਵੀ ਔਰ ਉਹਦੀ ਲਿਖਤੇ ਕਾਰਨ ਵੀ ਘਰ ਉਹਦੀ ਐਸੀ ਕ੍ਰਿਤੀ ਹੀ ਜਿਸ 1980 'ਚ ਸਾਹਿਤਿਆ ਅਕਾਦਮੀ ਦਾ ਪੁਰਸਕਾਰ ਉਹਨੇ ਗਿਥੋਆ 234 ਚੁਪੰਕਤਿਆਂ ਵਾਲੀ ਇਸ ਪੁਸਤਕ 'ਚ ਘਰ ਸੰਬੰਧੀ ਕਵਿਤਾ ਸਾਰੀ ਔਰ ਘਰ ਦੇ ਅਲੱਗ ਅਲੱਗ ਰੂਪ ਅਲੱਗ ਅਲੱਗ ਬਾਨਗੀਆਂ ਅਲੱਗ ਅਲੱਗ ਪ੍ਰਤੀਕਾਂ ਰਾਹੀਂ ਜਿਵੇਂ ਸੰਸਕ੍ਰਿਤਿਕ ਪ੍ਰਤੀਕ ਪੌਰਾਣਿਕ ਪ੍ਰਤੀਕ ਔਰ ਇਤਿਹਾਸਿਕ ਪ੍ਰਤੀਕ ਸਮਾਜਿਕ ਪ੍ਰਤੀਕ ਇਤਿਆਦਿ ਇਹ ਅਸੀਂ ਨਜ਼ਰ ਆਉਂਦੇ ਨੇ ਬੜੇ ਅੱਛੇ ਸੁੰਦਰ ਬਿੰਬਨ ਔਰ ਉਹਦੇ 'ਚ ਗਤੀਸ਼ੀਲਤਾ ਦਿਖਣੀ ਅਸੀਂ ਮਿਲਦੀ ਹੈ ਬੜੀ ਅੱਛੀ ਕਿਤਾਬ ਇਸ ਲਿਹਾਜ਼ ਕਰਨੇ ਔਰ ਉਹਦੀ ਇੱਕ ਖਾਸ ਕੰਟਰੀਬਿਊਸ਼ਨ ਮੈਂ ਚੇਚੇ ਤੌਰ ਉੱਪਰ ਉਸੀ ਯਾਦ ਕਰਨਾ ਪਹਿਲੀਆਂ ਵਾਂਗਾਂ ਉਹਦੀ ਸੋਨਟਸ ਦੀ ਕਿਤਾਬ ਹੈ ਜਿਸ ਕੋਲੋਂ ਪਹਿਲੇ ਡੋਗਰੀ 'ਚ ਨਾ ਐਸੀ ਕਿਤਾਬ ਆਈ ਨਾ ਬਾਅਦ 'ਚ ਆਈ ਉਹ ਇੱਕ ਬੜੇ ਅੱਛੇ ਸੁਲਝੇ ਦੇ ਸੰਪਾਦਕ ਵੀ ਰਹੇ ਔਰ ਡੋਗਰੀ ਸੰਸਥਾ ਦੇ ਇੱਕ ਟਰਮ ਵਾਸਤੇ ਮਹਾਂਮੰਤਰੀ ਵੀ ਰਹੇ ਔਰ ਆਪਣੇ ਦਾਇਤਵ ਕੀ ਆਪਣੀ ਜ਼ਿੰਮੇਵਾਰੀ ਕੀ ਉਹਨੇ ਪੂਰੀ ਚਾਲੀ ਨਿਭਾਇਆ ਕੁੰਵਰ ਵਿਯੋਗੀ ਸਾਹਿਬ ਦੀ ਜਿਸ ਗੱਲ ਕਰਨੇ ਤਾਂ ਇਸ ਲਿਹਾਜ਼ ਕਰਨੇ ਵੀ ਉਹਦੀ ਯਾਦ ਅਸੀਂ ਆਉਂਦੀ ਹੈ ਕਿ ਜੀਵਨ ਉਹਦੇ ਵਾਸਤੇ ਉਤਸਵ ਹੈ ਔਰ ਪੂਰੀ ਚਾਲੀ ਜੀਵਨ ਕੀ ਅੰਡਾਣਾ ਇਹ ਮੈਂ ਜਿਸਲੇ ਉਹਦੇ ਜੀਵਨ ਦਾ ਪਕਸ਼ ਦਿਖਣਾ ਤਾਂ ਮੈਂ ਆਖਣਾ ਕਿ ਜੀਵਨ ਦੇ ਬੜੇ ਅੱਛੇ ਕਲਾਕਾਰ ਹੋ ਔਰ ਇਸ ਰੂਪ ਵਿੱਚ ਉਹ ਯਾਦ ਆਉਂਦੇ ਨੇ ਮੂੜ ਵਿਯੋਗੀ ਕੀ ਕਰਦਾ ਹੈ ਰਾਜੇ ਦਾ ਪੁੱਤਰ ਫੌਜੀ ਨੌਕਰ ਤੇ ਕੱਤਾ ਦਾ ਕਵਿਤਾ ਦਾ ਸੂਤਰ ਪੰਤੇ ਆਲਾ ਕੰਮ ਕਰਾਦਾ ਆਖੇ ਜਾਓ ਜਾਓ ਸੁਰ ਲੈ ਦੀ ਕੋਈ ਜਾਤ ਨਹੀਂ ਹੁੰਦੀ ਜਾਤਾਂ ਰੱਖੋ ਘਰ ਮੂੜ ਵਿਯੋਗੀ ਕਿਆ ਕਰਤਾ ਹੈ ਰਾਜਪੂਤ ਪੁੱਤਰ ਫੌਜੀ ਨੌਕਰ ਹੋਕਰ ਕਾਤੇ ਕਵਿਤਾ ਕਾ ਸੂਤਰ ਪੰਡਿਤੋਂ ਵਾਲਾ ਕਾਰਿ ਕਰ ਰਹਾ ਕਹਿਤਾ ਜਾ ਰੇ ਜਾ ਸੁਰ ਕੀ ਲੈ ਕੀ ਜਾਤ ਨਾ ਕੋਈ ਰੱਖ ਜਾਤੀਆਂ ਘਰ ਘਰ ਨਹੀਂ ਹੁੰਦਾ ਛੱਤ ਤੇ ਕੰਧਾਂ ਨਾ ਧੀਆਂ ਪੁੱਤਰ ਘਰ ਨਹੀਂ ਹੁੰਦਾ ਚਾਰ ਦੀਵਾਰੀ ਜਾਂ ਰਿਸ਼ਤੇ ਮਿੱਤਰ ਘਰ ਹੁੰਦਾ ਹੈ ਪ੍ਰੀਤ ਤਰਾਨਾ ਈਰਖਾ ਦਾ ਸੁਰਤਾਲ ਨਹੀਂ ਤਾਂ ਛੜਾ ਮਕਾਨ ਖਵਾਉਂਦਾ ਨਹੀਂ ਖਵਾਉਂਦਾ ਘਰ ਘਰ ਨਾ ਹੋਤਾ ਛੱਤ ਦੀਵਾਰੀ ਨਾ ਬੇਟੀ ਪੁੱਤਰ ਘਰ ਨਾ ਹੋਤਾ ਚਾਰ ਦੀਵਾਰੀ ਨਾ ਰਿਸ਼ਤੇ ਮਿੱਤਰ ਘਰ ਹੋਤਾ ਹੈ ਪ੍ਰੀਤ ਤਰਾਨਾ ਪਿਆਰ ਭਰਾ ਸੁਰਤਾਲ ਵਰਨਾ ਸਿਰਫ ਮਕਾਨ ਕਹਾਤਾ ਨਹੀਂ ਕਹਾਤਾ ਘਰ ਕੱਲ ਤੇ ਹਮੇਸ਼ਾ ਕੱਲ ਗਿਆ ਰਹਿੰਦਾ ਇੰਨੀ ਸੋਚ ਤੇ ਕਰ ਕੱਲਾ ਦਾ ਵੀ ਕੱਲ ਹੁੰਦਾ ਹੈ ਇਹ ਅਨਮੁੱਖ ਸਫ਼ਰ ਕੰਮ ਜੋ ਛੋੜੋ ਕੱਲਾ ਹੈ ਉੱਪਰ ਕੰਮ ਕਦੇ ਨਹੀਂ ਹੁੰਦਾ ਘਰ ਜੋ ਛੋੜੋ ਕੱਲਾ ਹੈ ਉੱਪਰ ਉਹ ਨਹੀਂ ਬਣਦਾ ਘਰ ਕੱਲ ਹਮੇਸ਼ਾ ਕੱਲ ਹੀ ਰਹਿਤਾ ਕੁਛ ਤੋਂ ਸੋਚ ਵਿਚਾਰ ਕੱਲ ਕਾ ਵੀ ਕੱਲ ਹੋਤਾ ਆਇਆ ਰੁਕਤਾ ਨਹੀਂ ਸਫ਼ਰ ਕੱਲ ਪਰ ਜਿਸ ਕੋ ਟਾਲੋ ਹੋਤਾ ਕਭੀ ਨਾ ਪੂਰਾ ਕਾਮ ਘਰ ਕੋ ਕੱਲ ਪਰ ਛੋੜੋਗੇ ਤੋ ਨਹੀਂ ਬਣੇਗਾ ਘਰ ਹਿੰਮਤ ਛੋੜੋ ਤਾਂ ਇਹ ਡੋਬੈ ਜਿੰਦੜੀ ਇੱਕ ਡਬਰ ਹੱਥ ਮਾਰ ਤੇ ਪੈਰ ਹਲਾ ਤੂੰ ਸਿਰ ਤੇ ਉੱਪਰ ਕਰ ਇਸ ਡੋਬੂ ਡਬਰੀ ਦੇ ਅੰਦਰ ਤਾਰੂ ਬੰਨਾ ਪਾਉਂਦਾ ਤਾਂ ਗੇ ਮਿਲਦਾ ਦੂਆ ਪੱਤਨ ਪੁੱਜਣ ਆਉਂਦਾ ਘਰ ਹਿੰਮਤ ਛੂਟੇ ਤੋ ਲੈ ਡੂਬੇ ਜੀਵਨ ਜਲ ਗਹਿਵਰ ਹੱਥ ਔਰ ਪੈਰ ਚਲਾਤਾ ਜਾ ਤੂੰ ਸਰ ਤੋਂ ਉੱਪਰ ਕਰ ਇਸ ਗਹਿਵਰ ਸੇ ਬਚਨਾ ਹੈ ਤੋ ਬਣ ਜਾਓ ਤੈਰਾਕ ਤਭੀ ਘਾਟ ਪਰ ਪਹੁੰਚੋਗੇ ਪਾਓਗੇ ਆਪਣਾ ਘਰ ਸਤਿ ਸ਼੍ਰੀ ਅਕਾਲ।